ਮੈਨੂੰ ਤੁਹਾਡੇ ਲਈ ਫੀਲ ਬੜਾ ਹੋਇਆ ਕਿ ਤੁਸੀਂ ਇੰਨਾ ਪਿਆਰ ਕੀਤਾ ਤੇ ਮੁੰਡਾ ਤੁਹਾਨੂੰ ਚੀਟ ਕਰਕੇ ਚਲਾ ਗਿਆ। ਨਹੀਂ ਨਹੀਂ ਆਇਆ ਮੇਰੇ ਕੋਲ ਹੀ ਹਾਲਾਤ। ਕੁੜੀਆਂ ਦਾ ਦਰਦ ਹੁੰਦਾ ਨਾ ਉਹ ਮੈਂ ਤਾਂ ਦੇਖਿਆ ਨਹੀਂ ਜਾਂਦਾ ਤੇ ਫਿਰ ਮੈਂ ਕਿਹਾ ਕਿ ਇਹ ਦਰਦ ਤੁਹਾਡੇ ਨਾਲ ਵੰਡਾ ਲਈਏ ਤੇ ਆਓ ਚੱਲੀਏ ਫਿਰ ਆਪਾਂ ਇੱਕ ਜੂਸ ਦੋ ਸਟ੍ਰੋਪ ਆ ਕੇ ਪੀਏ। ਲੈ ਦੱਸ ਨਾਨਕ ਲੈ ਜਾ ਤਾਂ ਵੀਰ ਹੋਈ ਨੇ ਲੈ ਲਾ ਅੱਜ ਤੱਕ ਬਾਜੀ ਤੁਹਾਨੂੰ ਕਹਾਣੀ ਪਤਾ ਨਹੀਂ ਹੈ ਇੱਕ ਛਿੱਤਰ ਆਹਾ ਇੰਨਾ ਵੱਡਾ ਹੱਥ ਹੈ ਮੇਰਾ ਇੱਕ ਛਿੱਤਰ ਤਾਂ ਬਣਦਾ ਹੀ ਹੈ क्योंकि जे तुहाडी कोई गर्लफ्रेंड होगी तां फिर तुसीं इन्ने इन्नी गर्ल्स नाल तुसीं नहीं दोस्ती रख सकदे। ਭਾਜੀ ਉਹ ਤਾਂ ਨਿਊਟਰਲ ਕੇਸ ਹੈ ਕਿਉਂਕਿ ਮੇਰੀ ਮੇਰੀ ਮੰਮੀ ਜੀ ਸੀਗੇ ਸੈੱਟ ਤੇ ਆਪਾਂ ਰੋਮਾਂਸ ਵੀ ਜੇ ਫਸਾਉਣਾ ਵੀ ਹੁੰਦਾ ਸੀ ਜਾਂ ਕੁਛ ਕਰਨਾ ਵੀ ਹੁੰਦਾ ਸੀ ਤੇ ਪਹਿਲਾਂ ਆ ਕੇ ਉਹ ਦੱਸਦੇ ਸੀਗੇ ਕਿ ਦੇਖ ਨਾਨਾ ਕਿੱਦਾਂ ਫਸਾਈ ਦੀ ਹੈ ਕੁੜੀ ਜਾਂ ਇਹ ਨੁਕਸਾਨ ਹੈ ਇਹਦੇ ਇਹ ਸਮਾਂ ਹੈਲੋ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਨੈਕਟ ਐਫਐਮ ਕੈਨੇਡਾ ਤੇ ਮੈਂ ਹਾਂ ਐਵੀ ਗਾਬਾ ਸ਼ੋ ਦਾ ਨਾਮ ਹੈ ਦਿਲ ਖੋਲ ਕੇ ਬੋਲ ਤੇ ਜੀ 30 ਮਾਰਚ ਨੂੰ ਰਿਲੀਜ਼ ਹੋਣ ਵਾਲੀ ਫਿਲਮ ਯਾਰਾਂ ਦੀਆਂ ਪੋ 12 ਜਿਸ ਦੇ ਵਿੱਚ ਪਹਿਲੀ ਫਿਲਮ ਸ਼ੂਟ ਕੀਤੀ ਸੀ ਨਾਨਕ ਸਿੰਘ ਨੇ ਤੇ ਪਹਿਲੀ ਹੀ ਕੀਤੀ ਸੀ ਸਵਾਤੀ ਸ਼ਰਮਾ ਨੇ ਤੇ ਸਾਡੇ ਨਾਲ ਦੋਨੋਂ ਇਸ ਟਾਈਮ ਸਾਡੇ ਨਾਲ ਨੇ ਕੀ ਹਾਲ ਹੈ ਜੀ ਤੁਹਾਡੇ ਵਧੀਆ ਬਾਜੀ ਤੁਸੀਂ ਸੁਣਾਓ ਬਹੁਤ ਘੈਂਟ ਅੱਛਾ ਮੈਂ ਪਹਿਲੀ ਤਾਂ ਕਿ ਇੱਕ ਫਿਲਮ ਤੁਹਾਡੀ ਪਹਿਲਾਂ ਰਿਲੀਜ਼ ਹੋ ਗਈ ਹੈ ਬਟ ਇਹ ਸ਼ੂਟ ਪਹਿਲਾਂ ਹੋਈ ਹੈ ਸੋ ਇਹ ਤੁਹਾਡੇ ਦੋਵਾਂ ਦੀ ਫਸਟ ਫਿਲਮ ਸੀਗੀ ਹੈਨਾ ਤੇ ਜਿਹੜਾ ਫਸਟ ਫਿਲਮ ਦਾ ਐਕਸਪੀਰੀਅੰਸ ਹੁੰਦਾ ਨਾ ਜਾਂ ਡਰ ਹੁੰਦਾ ਜਾਂ ਬੇਚੈਨੀ ਹੁੰਦੀ ਹੈ ਉਹ ਹੋਰ ਹੀ ਹੁੰਦੀ ਹੈ ਕੁਛ ਹੈਨਾ ਜਦੋਂ ਤੁਹਾਡੇ ਕੋਲ ਫਸਟ ਫਿਲਮ ਆਈ ਹੈਨਾ ਉਦੋਂ ਕੀ ਐਕਸਪੀਰੀਅੰਸ ਸੀਗਾ ਕੀ ਤੁਹਾਡੇ ਮਨ ਦੇ ਵਿੱਚ ਚੱਲ ਰਿਹਾ ਸੀਗਾ ਮੈਂ ਤਾਂ ਭਾਜੀ ਕਰਤੀ ਸੀ ਇੱਕ ਫਿਲਮ ਪਹਿਲਾਂ ਇਸ ਤੋਂ ਮਤਲਬ ਜਿਹੜੀ ਕਿ ਰਿਲੀਜ਼ ਹੋ ਗਈ ਹੈ ਬਾਈ ਜੀ ਕੁੱਟਣਗੇ ਬਟ ਇਹ ਪਹਿਲਾਂ ਸ਼ੂਟ ਹੋਈ ਸੀ ਤਾਂ ਮੈਂ ਚਾਹੁੰਦਾ ਕਿ ਸਵਾਤੀ ਸ਼ੁਰੂ ਕਰੇ ਬੋਲਣਾ ਉਹਦੀ ਫਸਟ ਇੰਟਰਵਿਊ ਹੈ ਜੀ ਮੈਂ ਤਾਂ ਹਜੇ ਵੀ ਬਹੁਤ ਨਰਵਸ ਹਾਂ ਸਰ ਮੇਰਾ ਲਾਈਕ ਮੇਰੀ ਫਸਟ ਫਿਲਮ ਆ ਤੇ ਆਈ ਵਾਸ ਸੁਪਰ ਐਕਸਾਈਟਿਡ ਤੇ ਮੈਨੂੰ ਤਾਂ ਪਹਿਲਾਂ ਵਿਸ਼ਵਾਸ ਨਹੀਂ ਹੋ ਰਿਹਾ ਸੀ ਜਦੋਂ ਮੈਂ ਪਹਿਲਾਂ ਲਾਈਕ ਮੈਂ ਥੀਏਟਰ ਕੀਤਾ ਹੋਇਆ ਪਹਿਲੇ ਫਿਰ ਮੈਂ ਮਾੜਾ ਮੋਟਾ ਲਾਈਕ ਕਰਦੀ ਰਹਿੰਦੀ ਸੀ ਕੁਛ ਕੁਛ ਲਾਈਕ ਫਿਰ ਮੈਂ ਸੋਚਦੀ ਹੁੰਦੀ ਸੀ ਕਿ ਮੈਂ ਵੀ ਹੀਰੋਇਨ ਲਾਈਕ ਮੈਂ ਵੀ ਯੂ ਨੋ ਥੀਏਟਰ 'ਤੇ ਆਉਣਾ ਹੈ ਮੈਂ ਲਾਈਕ ਮੈਨੂੰ ਕਦੋਂ ਮਿਲੇਗੀ ਮੇਰੀ ਫਸਟ ਲਾਈਕ ਮੈਨੂੰ ਕਦੋਂ ਮੇਰਾ ਫਸਟ ਬ੍ਰੇਕ ਮਿਲੂਗਾ ਅਤੇ ਮੈਂ ਕਿੱਦਾਂ ਦਾ ਪਰਫੋਰਮ ਕਰਾਂਗੀ ਕਿਹਨਾਂ ਦੇ ਨਾਲ ਹੋਊਗਾ ਸੋ ਆਈ ਫੀਲ ਸੋ ਬਲੈਸਡ ਕਿ ਮੈਨੂੰ ਇੰਨਾ ਵੱਡਾ ਓਪਰਚੁਨਿਟੀ ਮਿਲੀ ਹੈ ਮੈਨੂੰ ਇੰਨੀ ਵੱਡੀ ਇੰਨੇ ਵਧੀਆ ਲੋਕਾਂ ਨਾਲ ਮਿਲੀ ਹੈ ਲਾਈਕ ਮੈਨੂੰ ਲੱਗਦਾ ਸੀ ਕਿ ਜਦੋਂ ਆਪਾਂ ਸ਼ੂਟ ਕਰਦੇ ਸੀ ਮੈਨੂੰ ਲੱਗਦਾ ਸੀ ਕਿ ਮੈਂ ਕਿਤੇ ਮਤਲਬ ਇੱਕ ਫੈਮਿਲੀ ਹੈ ਸਾਡੀ ਮੈਨੂੰ ਉਹ ਪ੍ਰੈਸ਼ਰ ਨਹੀਂ ਸੀ ਬਸ ਮੈਨੂੰ ਹੁੰਦਾ ਸੀ ਕਿ ਮੈਂ ਕੀ ਸਿੱਖ ਲਵਾਂ ਨਵਾਂ ਕੀ ਸਿੱਖ ਲਵਾਂ ਇੰਨਾ ਇੰਨਾ ਵਧੀਆ ਐਕਸਪੀਰੀਅੰਸ ਸੀਗਾ ਅਤੇ ਬਹੁਤ ਨਰਵਸਨੈਸ ਵੀ ਹੁੰਦੀ ਸੀ ਨੋ ਡਾਊਟ ਬਟ ਆਪਾਂ ਹਮੇਸ਼ਾ ਹੁੰਦਾ ਸੀ ਕਿ ਇਹ ਵੀ ਯਾਦ ਕਰ ਲਾਂ ਬਸ ਇਹ ਸੀਨ ਆ ਨੈਕਸਟ ਉਹ ਸੀਨ ਆ ਨੈਕਸਟ ਬਸ ਕੁਛ ਗਲਤੀ ਨਾ ਹੋ ਜਾਵੇ ਮਤਲਬ ਉਪਾਸਨਾ ਮੈਮ ਕੁਛ ਕਹਿ ਨਾ ਦੇਣ ਲਾਈਕ ਉਹ ਹੁੰਦਾ ਸੀ ਸਾਨੂੰ ਉਹ ਨਰਵਸਨੈਸ ਹੁੰਦੀ ਸੀ ਹਾਂਜੀ ਹਾਂਜੀ ਯੈਸ ਪਰ ਨਾ ਮੈਨੂੰ ਤੁਹਾਡੇ ਲਈ ਫੀਲ ਬੜਾ ਹੋਇਆ ਕਿ ਤੁਸੀਂ ਇੰਨਾ ਪਿਆਰ ਕੀਤਾ ਤੇ ਮੁੰਡਾ ਤੁਹਾਨੂੰ ਚੀਟ ਕਰਕੇ ਚਲਾ ਗਿਆ ਨਹੀਂ ਨਹੀਂ ਆਇਆ ਮੇਰੇ ਕੋਲ ਹੀ ਹਾਲਾਤ ਤੇ ਜਿਹੜਾ ਕੁੜੀਆਂ ਦਾ ਦਰਦ ਹੁੰਦਾ ਨਾ ਉਹ ਮੈਂ ਤਾਂ ਦੇਖਿਆ ਨਹੀਂ ਜਾਂਦਾ ਤੇ ਫਿਰ ਮੈਂ ਕਿਹਾ ਕਿ ਇਹ ਦਰਦ ਤੁਹਾਡੇ ਨਾਲ ਵੰਡਾ ਲਈਏ ਤੇ ਆਓ ਚੱਲੀਏ ਫਿਰ ਆਪਾਂ ਇੱਕ ਜੂਸ ਦੋ ਸਟ੍ਰੋਪ ਆ ਕੇ ਪੀਏ ਨਾਨਕ ਲੈ ਜਾ ਤਾਂ ਵੀਰ ਹੋਈ ਨੇ ਲੈ ਲਾ ਅੱਜ ਤੱਕ ਬਾਜੀ ਤੁਹਾਨੂੰ ਕਹਾਣੀ ਪਤਾ ਨਹੀਂ ਹੈ ਤੁਸੀਂ ਮੇਰਾ ਮੂੰਹ ਨਹੀਂ ਖੁਲਵਾ ਸਕਦੇ ਜੇ ਨਾਨਕ ਅਲਾਉ ਕਰਦਾ ਹੈ ਤਾਂ ਫਿਰ ਮੈਂ ਚੱਲ ਜਾਂਦਾ ਹਲੋ ਭਾਜੀ ਭਾਜੀ ਮੈਂ ਸਮਝਦਾ ਤੁਸੀਂ ਸ਼ਰਟ ਵੀ ਯਾਰਾਂ ਦੀਆਂ ਪੌਂ ਮਾਰਾਂ ਦੀ ਪਾ ਕੇ ਆਏ ਹੋ ਇਹਦਾ ਮਤਲਬ ਇਹ ਨਹੀਂ ਤੁਸੀਂ ਲੈ ਜਾਓ ਕੁੜੀ ਨੂੰ ਫੁੱਲ ਤਾਂ ਲੈ ਸਕਦੀ ਹਾਂ ਮੈਂ ਨਹੀਂ ਮੈਂ ਦਵਾਂਗਾ ਤੈਨੂੰ ਮੈਂ ਜੈਲਸ ਹੋ ਗਿਆ ਅੱਛਾ ਤੁਸੀਂ ਨਹੀਂ ਜੈਲਸ ਹੋਏ ਸੀਗੇ ਫਿਰ ਜਦੋਂ ਹਰਨਾਸ ਸੰਧੂ ਇਹਨਾਂ ਦੀ ਲਾਈਫ ਦੇ ਵਿੱਚ ਆ ਜਾਂਦੀ ਹੈ ਬਹੁਤ ਜੈਲਸ ਹੋਈ ਸੀ ਮੈਂ ਬਹੁਤ ਕੁੱਟਿਆ ਇਹਨੂੰ ਅੱਛਾ ਮੈਨੂੰ ਆਹ ਦੱਸੋ ਕਿ ਜਿਹੜੇ ਮੁੰਡੇ ਚੀਟ ਕਰਦੇ ਆ ਉਹਨਾਂ ਨੂੰ ਲਾਈਨ ਤੇ ਕਿੱਦਾਂ ਲਿਆਇਆ ਜਾ ਸਕਦਾ ਉਹਨਾਂ ਨੂੰ ਲਾਈਨ ਤੇ ਲਿਆਉਣ ਦੇ ਤਿੰਨ ਤਰੀਕੇ ਦੱਸਣੇ ਤੁਸੀਂ ਇਹ ਮੇਰੀ ਗੱਲ ਨਹੀਂ ਕਰ ਰਹੀ ਵੈਸੇ ਇਨ ਜਨਰਲ ਵੈਸੇ ਇਨ ਜਨਰਲ ਮੈਨੂੰ ਨਹੀਂ ਲੱਗਦਾ ਮੈਨੂੰ ਕੋਈ ਚੀਟ ਕਰ ਸਕਦਾ ਹੈ ਉਹਦਾ ਕੰਫੀਡੈਂਸ ਬਟ ਪਹਿਲਾ ਤਰੀਕਾ ਇੱਕ ਛਿੱਤਰ ਆਹਾ ਇੰਨਾ ਵੱਡਾ ਹੱਥ ਹੈ ਮੇਰਾ ਇੱਕ ਛਿੱਤਰ ਤਾਂ ਬਣਦਾ ਹੀ ਹੈ ਪਰ ਇਹ ਹੱਥ ਛਿੱਤਰ ਆ ਹੁੰਦਾ ਆ ਇਹ ਹੱਥ ਹੁੰਦਾ ਛਿੱਤਰ ਛਿੱਤਰ ਜੁੱਤੀਆਂ ਨੂੰ ਕਹਿੰਦੇ ਆ ਜੁੱਤੀ ਨੂੰ ਫੜ ਕੇ ਇੱਕ ਛਿੱਤਰ ਤੇ ਮੰਮੀ ਜੀ ਨੂੰ ਨੀ ਮੈਂ ਦੱਸਣਾ ਮੈਂ ਨਾ ਉਹਦੀ ਸਾਰੀ ਵੀਡੀਓ ਜਿਹੜੀ ਹੈਗੀਆਂ
ਵਾਇਰਲ ਕਰ ਦੇਣੀ ਬਲੈਕਮੇਲ ਕਰਨਾ ਮਤਲਬ ਬਲੈਕਮੇਲ ਕਰਨਾ ਮੈਂ ਉਹਨੂੰ ਤੇ ਤੀਜਾ ਤਰੀਕਾ ਤੀਜਾ ਉਹਦੀ ਮੰਮੀ ਨੂੰ ਜਾ ਕੇ ਕਹਿਣਾ ਮੈਂ ਇਦਾਂ ਕਰਦਾ ਤੁਹਾਡਾ ਮੁੰਡਾ ਮੈਨੂੰ ਹਾਂ ਪਹਿਲੇ ਮੈਨੂੰ ਕਹਿੰਦਾ ਤੈਨੂੰ ਮੈਂ ਇੱਥੇ ਲੈ ਕੇ ਜਾਊਂ ਤੇਰੇ ਨਾਲ ਵਿਆਹ ਕਰਾਊਂ ਆ ਕਰੂੰ ਪਰ ਹੁਣ ਮੇਰੇ ਨਾਲ ਉਹਦੀ ਸ਼ਾਦੀ ਜਦੋਂ ਉਹਦੀ ਸ਼ਾਦੀ ਹੋਣੀ ਹੈ ਨਾ ਮੈਂ ਉੱਥੇ ਜਾ ਕੇ ਕਲੇਸ਼ ਕਰਨਾ ਆਹਾ ਇਹ ਤਰੀਕਾ ਬੈਸਟ ਹੈ ਗਾ ਕੇ ਅੱਛਾ ਭਾਈ ਪਰ ਕਹਿੰਦੇ ਆ ਨਾ ਕਿ ਗੁਆਂਢੀਆਂ ਦੇ ਨਾਲ ਬਣਾ ਕੇ ਰੱਖਣੀ ਚਾਹੀਦੀ ਹੈ ਪਰ ਇੰਨੀ ਵੀ ਕੀ ਬਣਾਉਣੀ ਸੀ ਤੁਸੀਂ ਗੁਆਂਢੀਆਂ ਦੀ ਕੁੜੀ ਸੈੱਟ ਕਰ ਲਈ ਨਹੀਂ ਭਾਈ ਤੁਸੀਂ ਸਹੀ ਕਿਹਾ ਭਾਜੀ ਸਹੀ ਕਿਹਾ ਤੁਸੀਂ ਬਟ ਤੁਸੀਂ ਜਦੋਂ ਆਪਾਂ ਟ੍ਰੇਲਰ ਵੀ ਦੇਖਦੇ ਹਾਂ ਨਾ ਸਾਡੀ ਮੂਵੀ ਦਾ ਉਹਦੇ 'ਚ ਵੀ ਆਪਾਂ ਇੱਕ ਲਵ ਟ੍ਰਾਇੰਗਲ ਦੇਖ ਰਹੇ ਹਾਂ ਤਾਂ ਇਹ ਤਾਂ ਕਿਸੇ ਨੂੰ ਵੀ ਨਹੀਂ ਪਤਾ ਕਿ ਮੁੰਡਾ ਐਂਡ 'ਚ ਕਿਹਦੇ ਕੋਲ ਜਾ ਰਿਹਾ ਪਿਆਰ ਕਰਕੇ ਸਾਡਾ ਪਿਆਰ ਕਰਕੇ ਗੁਆਂਢੀਆਂ ਦੀ ਬਣੀ ਹੈ ਲਾਈਕ ਗੁਆਂਢੀਆਂ ਦੀ ਬਣਦੀ ਨਹੀਂ ਸੀ ਅੱਛਾ ਗੁਆਂਢੀਆਂ ਦੀ ਬਣਦੀ ਨਹੀਂ ਸੀ ਵੈਸੇ ਹਾਂ ਇਹ ਸਹੀ ਅਸੀਂ ਟ੍ਰੇਲਰ ਦੇ ਵਿੱਚ ਦੇਖਿਆ ਤੇ ਇਹ ਪਿਆਰ ਗੁਆਂਢੀਆਂ ਦੀ ਕੁੜੀ ਦੇ ਨਾਲ ਹੁੰਦਾ ਕਿ ਕੋਲੇ ਦੀ ਕੁੜੀ ਦੇ ਨਾਲ ਹੁੰਦਾ ਮਤਲਬ ਗੁਆਂਢ 'ਚ ਪਿਆਰ ਹੋ ਜਾਂਦਾ ਕਿ ਜਦੋਂ ਇਹ ਕੋਲੇ ਆਉਂਦੇ ਤੁਹਾਨੂੰ ਮਿਲਦੇ ਉੱਥੇ ਪਿਆਰ ਹੁੰਦਾ ਆਪਾਂ ਬਚਪਨ ਦੇ ਦੋਸਤ ਹਾਂ ਇੱਕ ਦਾ ਫਿਲਮ 'ਚ ਦਿਖਾਉਂਦੇ ਆ ਕਿ ਆਪਾਂ ਬਚਪਨ ਦੇ ਦੋਸਤ ਜਿੰਨੇ ਵੀ ਸਾਰੇ ਆਪਾਂ ਜਿੰਨੇ ਵੀ ਕੈਰੇਕਟਰਸ ਆ ਫਿਲਮ 'ਚ ਤੇ ਇਸ ਜਿਹੜੀ ਫਿਲਮ ਦੀ ਕਾਸਟਿੰਗ ਵੀ ਹੋਈ ਹੈ ਉਹ ਇਸ ਨੂੰ ਨਜ਼ਰ ਰੱਖੇ ਹੋਈ ਹੈ ਕਿ ਇੱਕ ਯੰਗਸਟਰਸ ਦੀ ਕਹਾਣੀ ਹੈ ਨਵੇਂ ਸਟੂਡੈਂਟਸ ਤੇ ਇਸ ਕਰਕੇ ਨਵੇਂ ਲੋਕਾਂ ਨੂੰ ਲਿਆ ਜਿਹੜੇ ਮਤਲਬ ਮੇਰੀ ਏਜ ਗਰੁੱਪ ਦੇ ਹੋਵੇ ਕੀ ਬਾਤ ਹੈ ਅੱਛਾ ਭਾਜੀ ਇੱਕ ਪਰਸਨਲ ਜਿਹਾ ਸਵਾਲ ਸੀਗਾ ਜਿੱਦਾਂ ਤੁਸੀਂ ਹਰ ਇੱਕ ਨਾਲ ਫਲਰਟ ਕਰਦੇ ਹੋ ਹੈਨਾ ਇਹਨਾਂ ਦੇ ਨਾਲ ਵੀ ਤੁਹਾਡੀ ਗਾਠੀ ਪੈ ਗਈ ਹੈ ਉਸ ਤੋਂ ਬਾਅਦ ਹਰਨਾਜ਼ ਆਉਂਦੇ ਆ ਉਹਨਾਂ ਦੇ ਨਾਲ ਵੀ ਤੁਹਾਡੀ ਗਾਠੀ ਪੈ ਜਾਂਦੀ ਹੈ ਹੈਨਾ ਮਤਲਬ ਇੰਨੀ ਸਾਰੀ ਕੁੜੀਆਂ ਨੂੰ ਇਕੱਠੇ ਕਿੱਦਾਂ ਹੈਂਡਲ ਕੀਤਾ ਜਾ ਸਕਦਾ ਭਾਜੀ ਦੇਖੋ ਮੇਰਾ ਤਾਂ ਇਹ ਮੰਨਣਾ ਹੈ ਕਿ ਗਰਲਫ੍ਰੈਂਡਸ ਨਾ ਰੱਖੋ ਫਰੈਂਡਸ ਬਹੁਤ ਸਾਰੇ ਰੱਖੋ ਗਲਤ ਕਿਉਂਕਿ ਜੇ ਤੁਹਾਡੀ ਕੋਈ ਗਰਲਫ੍ਰੈਂਡ ਹੋ ਗਈ ਤਾਂ ਫਿਰ ਤੁਸੀਂ ਇੰਨੀ ਗਰਲਸ ਨਾਲ ਤੁਸੀਂ ਨਹੀਂ ਦੋਸਤੀ ਰੱਖ ਸਕਦੇ ਹੈ ਨਾ ਜਿੱਦਾਂ ਕਿ ਇੰਨੇ ਕਿਹਾ ਫਿਰ ਤੁਸੀਂ ਕਿਸੇ ਨਾਲ ਚੀਟ ਵੀ ਨਹੀਂ ਕਰਦੇ ਹੈ ਨਾ ਤਾਂ ਕਿਸੇ ਨੂੰ ਬੁਰਾ ਨਹੀਂ ਲੱਗਦਾ ਇਸ ਕਰਕੇ ਸਭ ਤੋਂ ਬੈਸਟ ਮੈਂ ਕਹਿੰਦਾ ਸਾਰੇ ਕੋਈ ਮੁੰਡਿਆਂ ਲਈ ਵੀ ਸਭ ਤੋਂ ਬੈਸਟ ਹੈ ਕਿ ਗਰਲਫ੍ਰੈਂਡ ਨਾ ਰੱਖੋ ਗਲਤ ਫਰੈਂਡ ਰੱਖੋ ਹਾਂ ਗਲਤ ਫਰੈਂਡ ਰੱਖੋ ਇਹ ਇਹਨਾਂ ਨੇ ਕਿਹਾ ਭਾਜੀ ਮੈਂ ਨਹੀਂ ਕਿਹਾ ਓਕੇ ਜਦੋਂ ਕੋਈ ਤੁਹਾਨੂੰ ਮੁੰਡਾ ਛੱਡ ਕੇ ਜਾਂਦਾ ਹੈ ਨਾ ਛੇੜ ਰਿਹਾ ਹੁੰਦਾ ਕੋਈ ਤੁਹਾਨੂੰ ਮੁੰਡਾ ਅਸੀਂ ਫਿਲਮ ਦੇ ਵਿੱਚ ਦੇਖਿਆ ਕਿ ਕੋਈ ਤੁਹਾਨੂੰ ਛੇੜ ਰਿਹਾ ਉਸ ਵਿੱਚ ਤੁਸੀਂ ਕੁਛ ਨਹੀਂ ਕਹਿੰਦੇ ਤੁਸੀਂ ਚੁੱਪ ਚਾਪ ਚਲੇ ਜਾਂਦੇ ਹੋ ਹੈ ਨਾ ਪਰ ਕਦੇ ਕਿਸੇ ਨੇ ਤੁਹਾਨੂੰ ਰੀਅਲ ਲਾਈਫ ਦੇ ਵਿੱਚ ਛੇੜਿਆ ਹੋਵੇ ਤੇ ਉਹਦੇ ਤੁਸੀਂ ਜੁੱਤੀਆਂ ਮਾਰੀਆਂ ਮੇਰੇ ਤੋਂ ਜੀ ਸਾਰੇ ਡਰਦੇ ਸੀ ਜਦੋਂ ਮੈਂ ਸਕੂਲ ਦੇ ਵਿੱਚ ਵੀ ਸੀਗੀ ਨਾ ਮੈਂ ਮੈਮ ਨੂੰ ਦੱਸ ਦਿੰਦੀ ਸੀ ਮੈਂ ਵੀ ਟਿਪੀਕਲ ਜੀ ਕੁੜੀ ਸੀ ਦੋ ਚੁੱਟੀਆਂ ਤੇਲ ਲਾ ਕੇ ਬਸ ਪੜ੍ਹਾਈ ਕਰਕੇ ਹੁਣ ਦੇਖੋ ਕੀ ਕਰ ਰਹੀ ਆ ਹੁਣ ਅੱਛਾ ਤੁਸੀਂ ਉਹੀ ਕੁੜੀਆਂ ਜਿਹੜੀ ਮੈਡਮ ਨੂੰ ਯਾਦ ਆਉਂਦੀ ਨਹੀਂ ਮੈਡਮ ਜੀ ਆ ਟੈਸਟ ਰੱਖਿਆ ਨਹੀਂ 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 ਉਹ ਨਹੀਂ ਸਭ ਤੋਂ ਡਰਾਵਨੇ ਹੁੰਦੇ ਸੀ ਇਹ ਹੋਏ ਹੈਨਾ ਉਹਨਾਂ ਕੁੜੀਆਂ ਤੋਂ ਬੜਾ ਬੜੀ ਖੇਚ ਚੜਦੀ ਸੀ ਨਾ ਉਹ ਭਾਵੇਂ ਜਿੰਨੀ ਮਰਜ਼ੀ ਸੋਹਣੀ ਕੁੜੀ ਹੋਵੇ ਇਹਨੂੰ ਕੋਈ ਨਹੀਂ ਬੁਲਾਉਂਦਾ ਸੀ ਕਲਾਸ ਕਹਿੰਦੇ ਇਹਨੂੰ ਨਹੀਂ ਬੁਲਾਉਣਾ ਛੱਡ ਕੇ ਦੂਜੀ ਕੋਲ ਜਾ ਰਿਹਾ ਮੈਂ ਜਿਹੜੀ ਫਿਲਮ 'ਚ ਸੇਮ ਸੇਮ ਕੈਰੈਕਟਰ ਹੈ ਮੇਰਾ ਜਿਹੜਾ ਇਸ ਫਿਲਮ ਦੇ ਵਿੱਚ ਜਿਹੜਾ ਕੁੜੀ ਦਾ ਕੈਰੈਕਟਰ ਹੈ ਨਾ ਉਹੀ ਆ ਮੈਂ ਅੱਛਾ ਸੇਮ ਮਤਲਬ ਫਿਰ ਤੁਹਾਨੂੰ ਕੋਈ ਬਹੁਤੀ ਦਿੱਕਤ ਨਹੀਂ ਆਈ ਹੋਣੀ ਨਾ ਸ਼ੂਟ ਕਰਦੇ ਹੈ ਨਾ ਤੇਲ ਤੂਲ ਵੀ ਲਾਇਆ ਸੀ ਵਾਲਾਂ ਨੂੰ ਕਿ ਨਹੀਂ ਤੇਲ ਤਾਂ ਨਹੀਂ ਲਾਇਆ ਸੀ ਬਟ ਉਹ ਤੇ ਫਿਰ ਕਾਲਜ ਦੇ ਵਿੱਚ ਤੇ ਮੈਂ ਇੱਥੇ ਵੀ ਨਹੀਂ ਲਾਇਆ ਤੇਲ ਸਕੂਲ ਦੇ ਵਿੱਚ ਲਾਇਆ ਸੀ ਕੀ ਬਾਤ ਅੱਛਾ ਪਰ ਕੋਈ ਐਸਾ ਸੀਨ ਸੀਗਾ ਜੋ ਕਰਦੇ ਤੁਹਾਨੂੰ ਉਹ ਖਾਈ ਹੋਵੇ ਕਿ ਯਾਰ ਹਜੇ ਫਰਸਟ ਟਾਈਮ ਮੈਂ ਫਿਲਮ ਦੇ ਵਿੱਚ ਸ਼ੂਟ ਕਰਨਾ ਹੈ ਨਾ ਕੋਈ ਚੀਜ਼ ਔਖੀ ਲੱਗੀ ਹੋਵੇ ਕਿਤੇ ਫਸ ਗਏ ਹੋਵੋ ਕੋਈ ਡਾਇਲੌਗ ਨਾ ਬੋਲਿਆ ਜਾ ਰਿਹਾ ਹੋਵੇ ਕੁਝ ਐਸਾ ਹੋਇਆ ਸੀ ਮੇਰੇ ਨਾਲ ਤਾਂ ਉਦੋਂ ਹੋਇਆ ਸੀ ਜਦੋਂ ਆਪਾਂ ਨਾ ਇੱਕ ਬਹੁਤ ਠੰਡ ਸੀ ਬਹੁਤ ਠੰਡ ਸੀ ਤੇ ਮੈਨੂੰ ਵੀ ਜਦੋਂ ਆਪਾਂ ਸ਼ੂਟ ਕਰ ਰਹੇ ਸੀਗੇ ਤੇ ਇਹਨੂੰ ਤਾਂ ਕੱਪੜੇ ਮਿਲੇ ਹੀ ਨਹੀਂ ਸੀ ਜਿੱਦਾਂ ਬਹੁਤ ਹੀ ਘੱਟ ਕੱਪੜੇ ਮਿਲੇ ਸੀ ਸ਼ੂਟ ਕਰਨ ਲਈ ਤੇ ਬਜਟ ਘੱਟ ਸੀ ਫਿਲਮ ਦਾ ਨਹੀਂ ਨਹੀਂ ਬਟ ਰੋਲ ਦੀ ਡਿਮਾਂਡ ਸੀ ਅੱਛਾ ਸੋਹਣੀ ਦਿਖਾਣੀ ਸੀ ਨਾ ਫਿਲਮ ਤੇ ਸ਼ਾਲ ਤੇ ਤਾਂ ਲੱਗਦੀ ਨਹੀਂ ਸੋਹਣੀ ਹਾਂ ਤਾਂ ਉਦੋਂ ਜਦੋਂ ਆਪਾਂ ਸ਼ੂਟ ਕਰ ਰਹੇ ਸੀ ਨਾ ਤਾਂ ਮੇਰੀ ਬਾਡੀ ਸ਼ਿਵਰ ਹੋ ਰਹੀ ਸੀ ਜਦੋਂ ਆਪਾਂ ਠੰਡ ਕਿਉਂਕਿ ਮੈਂ ਇੰਨਾ ਯੂਜ਼ ਟੂ ਨਹੀਂ ਹਾਂ ਜਿਹੜਾ ਕਿ ਠੰਡ ਹੁੰਦੀ ਹੈ ਨਾ ਪੰਜਾਬ ਦੀ ਜਦੋਂ ਉਸ ਟਾਈਮ ਤੇ ਮੈਂ ਸ਼ਿਵਰ ਕਰ ਰਿਹਾ ਸੀ ਬਹੁਤ ਜ਼ਿਆਦਾ ਤੇ ਮੈਥੋਂ ਡਾਇਲੌਗਸ ਵੀ ਨਹੀਂ ਹੋ ਰਹੇ ਮੈਂ ਗਰਮ ਪਾਣੀ ਪੀਏ ਜਾ ਰਿਹਾ ਕੁਝ ਵੀ ਸਾਰੇ ਪੈਤਰੇ ਆਜ਼ਮਾ ਲਏ ਭਾਜੀ ਮੈਥੋਂ ਹੋ ਹੀ ਨਹੀਂ ਰਿਹਾ ਸੀ ਫਿਰ ਮੈਨੂੰ ਮੰਮੀ ਜੀ ਆਈ ਔਰ ਉਹਨਾਂ ਨੇ ਕਿਹਾ ਜੇ ਤੂੰ ਹੁਣ ਨਹੀਂ ਕੀਤਾ ਤਾਂ ਤੂੰ ਦੇਖ ਲਾ ਫਿਰ ਮੈਂ ਤਾਂ ਗਿਆ ਮੈਂ ਕਰ ਲਿਆ ਸ਼ੂਟ ਮੈਂ ਕਰਕੇ ਜਾ ਕੇ ਸੌ ਗਿਆ ਫਿਰ ਹੁਣ ਉਹਦੇ ਵਿੱਚ ਵੀ ਤੁਸੀਂ ਫਾਈਟ ਕਰ ਰਹੇ ਹੋ ਹੈ ਨਾ ਇਹਦੇ ਵਿੱਚ ਵੀ ਤੁਸੀਂ ਫਾਈਟ ਕਰ ਰਹੇ ਹੋ ਤੁਹਾਡੀ ਮੰਮੀ ਨੇ ਇਹ ਫਿਲਮ ਉਪਾਸਨਾ ਜੀ ਨੇ ਡਾਇਰੈਕਟ ਕੀਤੀ ਹੈ ਤੇ ਤੁਸੀਂ ਉਹਨਾਂ ਨੂੰ ਪਹਿਲੇ ਹੀ ਕਹਿ ਦਿੰਦੇ ਹੋ ਕਿ ਯਾਰ ਜੇਕਰ ਮੇਰੇ ਤੋਂ ਕੋਈ ਫਿਲਮ ਕਰਾਣੀ ਹੈ ਉਹਦੇ ਵਿੱਚ ਏਦਾਂ ਦੇ ਸੀਨ ਹੋਣੇ ਚਾਹੀਦੇ ਮੈਂ ਤਾਂ ਫਿਲਮ ਕਰਨੀ ਹੈ ਨਹੀਂ ਭਾਜੀ ਦੇਖੋ ਹੁਣ ਮੈਂ ਜਦੋਂ
ਸ਼ੁਰੂਆਤ ਵੀ ਕੀਤੀ ਸੀ ਆ ਮੈਂ ਕੁਝ ਵੀ ਆਪਣਾ ਜਿਹੜੀ ਹੌਬੀਜ਼ ਹੁੰਦੀ ਆ ਜਿਹੜਾ ਪੈਸ਼ਨ ਹੁੰਦਾ ਹੈ ਤੇ ਮੇਰਾ ਨਾ ਬਚਪਨ ਤੋਂ ਰਿਹਾ ਮੈਂ 12 ਸਾਲ ਤੋਂ ਡਾਂਸ ਵੀ ਸਿੱਖ ਰਿਹਾ ਮੈਂ 12 ਸਾਲ ਤੋਂ ਫਾਈਟ ਵੀ ਸਿੱਖ ਰਿਹਾ ਜਿਹੜੀ ਕਿ ਜਿਮਨਾਸਟਿਕਸ ਹੁੰਦੀ ਹੈ ਮੈਂ ਬਹੁਤ ਕੁਝ ਸਿੱਖਿਆ ਇਹ ਬਚਪਨ ਤੋਂ ਹੀ ਸਿੱਖ ਰਿਹਾ ਤੇ ਮੈਨੂੰ ਨਾ ਲੱਗਦਾ ਕਿ ਜਦੋਂ ਅੱਜ ਕੱਲ੍ਹ ਤੁਸੀਂ ਦੇਖੋਗੇ ਮੁੰਡਿਆਂ ਨੂੰ ਜਿਹੜੀ ਕੋਈ ਵੀ ਜਿੰਨੇ ਵੀ ਯੰਗਸਟਰਸ ਹੈ ਉਹ ਬੋਡੀ ਬਣਾ ਕੇ ਇੱਕਦਮ ਫਿੱਟ ਫੁੱਟ ਹੋ ਕੇ ਹੋ ਜਾਂਦੇ ਹੈ ਬਟ ਮੈਨੂੰ ਨਾ ਲੱਗਦਾ ਕਿ ਉਹ ਕਿਉਂਕਿ ਇੰਨੇ ਸਾਰੇ ਲੋਕ ਕਰਦੇ ਨੇ ਇੰਨੇ ਸਾਰੇ ਲੋਕ ਕਰ ਸਕਦੇ ਨੇ ਤਰੀਕੇ ਹੈ ਜਿਮ ਹੈਗਾ ਪੂਰਾ ਮੈਨੂੰ ਉਹ ਟੈਲੈਂਟ ਮੈਂ ਉਹਨੂੰ ਟੈਲੈਂਟ ਕੰਸੀਡਰ ਨਹੀਂ ਕਰਦਾ ਬਟ ਇੱਕ ਫਲੈਕਸੀਬਿਲਿਟੀ ਹੁੰਦੀ ਹੈ ਨਾ ਇੱਕ ਫਾਈਟ ਦੇ ਵਿੱਚ ਤੁਹਾਨੂੰ ਫਲੈਕਸੀਬਿਲਿਟੀ ਚਾਹੀਦੀ ਹੈ ਆਪਾਂ ਆਪ ਜਦੋਂ ਵੇਖਦੇ ਸੀ ਨਾ ਇਹਨੂੰ ਪਰਫਾਰਮ ਕਰਦੇ ਹੋਏ ਲਾਈਕ ਵੀ ਵਰ ਲਾਈਕ ਅਮੇਜ਼ਡ ਇੰਨਾ ਵਧੀਆ ਲਾਈਕ ਆਈ ਵਿਸ਼ ਕਿ ਮੈਂ ਕਦੇ ਮਤਲਬ ਜਿੰਨਾ ਇਹ ਇਹਨੂੰ ਆਉਂਦਾ ਹੈ ਉਸ ਤੋਂ ਮੈਂ ਅੱਧਾ ਵੀ ਸਿੱਖ ਲਵਾਂ ਨਾ ਤੇ ਮੈਂ ਸੌਰਟਡ ਆ ਮੈਂ ਬਾਜੀ ਬਚਪਨ ਤੋਂ ਹੀ ਫਿਰ ਮੈਂ ਆਪ ਮੁੰਡਿਆਂ ਨੂੰ ਜੁੱਤੀਆਂ ਮਾਰ ਸਕਦੀ ਫਿਰ ਮੈਂ ਆਪ ਜੁੱਤੀਆਂ ਮਾਰ ਸਕਦੀ ਆ ਫਿਰ ਮੈਨੂੰ ਮੈਮ ਨੂੰ ਨਹੀਂ ਦੱਸਣਾ ਪੈਣਾ ਹੈ ਮੈਂ ਬਚਪਨ ਤੋਂ ਹੀ ਬਾਜੀ ਨੇ ਟੈਲੈਂਟ ਨੂੰ ਫਰਸਟ ਪ੍ਰਾਇੋਰਿਟੀ ਦਿੱਤੀ ਹੈ ਉਸ ਤੋਂ ਬਾਅਦ ਸਾਰਿਆਂ ਕੋ ਕੀ ਬਾਤ ਬਹੁਤ ਵਧੀਆ ਡਾਂਸ ਵੀ ਬਹੁਤ ਵਧੀਆ ਕਰਦਾ ਨਾਨਕ ਕੀ ਬਾਤ ਹੈ ਅੱਛਾ ਬਾਜੀ ਜਾਣ ਤੋਂ ਪਹਿਲਾਂ ਮੇਰਾ ਤੁਹਾਨੂੰ ਇੱਕ ਲਾਸਟ ਸਵਾਲ ਸੀਗਾ ਕਿ ਜਿੱਦਾਂ ਤੁਸੀਂ ਗੁਆਂਢੀਆਂ ਦੀ ਕੁੜੀ ਦੇ ਨਾਲ ਇਸ਼ਕ ਕਰ ਰਹੇ ਹੋ ਗੁਆਂਢੀਆਂ ਦੀ ਕੁੜੀ ਫਸਾਉਣ ਦੇ ਕਿੰਨੇ ਕੁ ਫਾਇਦੇ ਹੁੰਦੇ ਆ ਤੇ ਕਿੰਨੇ ਕੁ ਨੁਕਸਾਨ ਹੁੰਦੇ ਆ ਭਾਜੀ ਫਾਇਦੇ ਤੋਂ ਦੇਖੋ ਜੀ ਮੰਮੀ ਜੀ ਸੈੱਟ 'ਤੇ ਸੀ ਹੈ ਨਾ ਜੇ ਤੁਸੀਂ ਇਹ ਗੱਲਾਂ ਕਰੋਗੇ ਫਾਇਦੇ ਅਤੇ ਨੁਕਸਾਨ ਦੀ ਭਾਜੀ ਉਹ ਤਾਂ ਨਿਊਟਰਲ ਕੇਸ ਹੈ ਕਿਉਂਕਿ ਮੇਰੀ ਮੰਮੀ ਜੀ ਸੀਗੇ ਸੈੱਟ 'ਤੇ ਆਪਾਂ ਰੋਮੈਂਸ ਵੀ ਜੇ ਫਸਾਉਣਾ ਵੀ ਹੁੰਦਾ ਸੀ ਜਾਂ ਕੁਛ ਕਰਨਾ ਵੀ ਹੁੰਦਾ ਸੀ ਤੇ ਪਹਿਲਾਂ ਆ ਕੇ ਉਹ ਦੱਸਦੇ ਸੀਗੇ ਕਿ ਦੇਖ ਨਾਨਕ ਇੱਦਾਂ ਫਸਾਈ ਦੀ ਹੈ ਕੁੜੀ ਜਾਂ ਇਹ ਨੁਕਸਾਨ ਹੈ ਇਹਦੇ ਇਹ ਸਮ ਹੈ ਤੇ ਮੈਨੂੰ ਲੱਗਦਾ ਕਿ ਇਹ ਪਹਿਲੇ ਮੰਮੀ ਹੋ ਗਏ ਜਿਨ੍ਹਾਂ ਨੇ ਆਪਣੇ ਬੇਟੇ ਨੂੰ ਰੋਮੈਂਸ ਕਰਨਾ ਵੀ ਸਿਖਾਇਆ ਅੱਛਾ ਫਿਰ ਕਿਤੇ ਨਾ ਕਿਤੇ ਸੰਗ ਵੀ ਆਉਂਦੀ ਸੀਗੀ ਕਿ ਯਾਰ ਮੰਮੀ ਖੜੇ ਆ ਮੈਂ ਇੰਨਾ ਨਾ ਕਰਾਓ ਮੇਰੇ ਤੋਂ ਭਾਜੀ ਬੜਾ ਔਕਵਰਡ ਹੁੰਦਾ ਸੀਗਾ ਸੈੱਟ ਤੇ ਮੈਨੂੰ ਬਿਲਕੁਲ ਮਜ਼ਾ ਨਹੀਂ ਆਉਂਦਾ ਸੀ ਜਦੋਂ ਰੋਮੈਂਟਿਕ ਕਰਕੇ ਦਿਖਾਉਂਦੇ ਸੀ ਮੈਨੂੰ ਫਿਰ ਤੁਸੀਂ ਕਹਿੰਦੇ ਨਹੀਂ ਸੀਗੇ ਕਿ ਅੱਜ ਮੇਰਾ ਰੋਮੈਂਟਿਕ ਸੀ ਨਾ ਤੁਸੀਂ ਆਉਣਾ ਨਹੀਂ ਸੈੱਟ ਤੇ ਮੈਂ ਰੋਣ ਲੱਗ ਜਾਂਦਾ ਸੀ ਭਾਜੀ ਅੱਛਾ ਜਦੋਂ ਰੋਮੈਂਟਿਕ ਸੀਨ ਕਰਦੇ ਸੀ ਤੁਹਾਨੂੰ ਵੀ ਇਦਾਂ ਦਾ ਕੁਝ ਫੀਲ ਹੁੰਦਾ ਸੀਗਾ ਮਤਲਬ ਸ਼ਾਈ ਜਿਹਾ ਫੀਲ ਕਰਦੇ ਸੀਗੇ ਹਾਂਜੀ ਹਾਂਜੀ ਬਿਲਕੁਲ ਕਰਦੇ ਸੀ ਬਟ ਲਾਈਕ ਆਪਾਂ ਬਹੁਤ ਵਧੀਆ ਫਰੈਂਡਸ ਬਣ ਗਏ ਸੀ ਮਤਲਬ ਜਦੋਂ ਆਪਾਂ ਸ਼ੂਟ ਕਰਦੇ ਸੀ ਉਸ ਤੋਂ ਪਹਿਲਾਂ ਵੀ ਆਪਾਂ ਰਿਹਰਸ ਕਰਦੇ ਸੀ ਸਾਰੇ ਸੀਨ ਤੇ ਆਪਾਂ ਲਾਈਕ ਵੀ ਵਰ ਵੈਰੀ ਕੰਫਰਟੇਬਲ ਵਿਦ ਈਚ ਅਦਰ ਤੇ ਸਾਨੂੰ ਬਹੁਤ ਮਜ਼ਾ ਆਉਂਦਾ ਸੀ ਕਿ ਅੱਛਾ ਹੁਣ ਇਹ ਕਰਨਾ ਹੈ ਫਿਰ ਆਪਾਂ ਹੱਸਦੇ ਵੀ ਸੀ ਜਦੋਂ ਕੋਈ ਕੁਝ ਕਹਿ ਦਿੰਦਾ ਸੀ ਕੁਝ ਵੀ ਆਪਾਂ ਲਾਈਕ ਬਹੁਤ ਫਨੀ ਵੇ ਤੇ ਲਿਜਾਂਦੇ ਸੀ ਉਹਨੂੰ ਬਹੁਤ ਮਜ਼ਾ ਆਉਂਦਾ ਸੀ ਸੋ ਥੈਂਕ ਯੂ ਸੋ ਮਚ ਬਾਕੀ ਅਸੀਂ ਉਮੀਦ ਆਹੀ ਕਰਦੇ ਹਾਂ ਕਿ ਜਦੋਂ 30 ਤਰੀਕ ਨੂੰ ਲੋਕ ਯਾਰਾਂ ਦੀਆਂ ਬਹੁਤ ਵਾਰਾਂ ਦੇਖਣ ਜਾਣ ਤੇ ਉਹਨਾਂ ਨੂੰ ਵੀ ਬਹੁਤ ਮਜ਼ਾ ਆਵੇ ਸੋ ਥੈਂਕ ਯੂ ਸੋ ਮਚ ਗੱਲਾਂ ਬਾਤਾਂ ਕਰਨ ਦੇ ਲਈ ਤੇ ਆਪਣਾ ਟਾਈਮ ਦੇਣ ਦੇ ਲਈ